की हो गया? जशन बोलती क्यों नहीं पुत? जशन जे मैनू खूच धक्का दे दिंदी पुत तां चंगी रहिंदी, अज आ दिन ना देखना पैंदा। मेरा तां जी करदा इहनू हुण वी किसे नहर च सिट्टिआ। मैं ये चाहना भी पहला साले जस का घर पट्टिया जाए, मेरे तो फिर कॉलेज ठंड पऊ। बे पत्ता तू सबर तो कर, वह भी होजू। हजे पहला तू इस गल का इंतजार कर कि तेरे ताए दे बैण कदों पैणगे। बापू बे आदि ना अखा उखा पढ़निया छड़ दे तू, जा जाके ना वकील तो तलाक दे कागज पढ़ा लै। मैनूं तां तेरे प्यो दी फिक्र होई पई है पुत, पता नहीं क्यों चंद्रे चंद्रे जे ख्याल आई जांदे हैगे। ना फोन चकदा है, ना दस के गया, ना किसी रिश्तेदारी च। पता नहीं कल शाम दा कित्थे गया, कित्थे ना भुखण भाणा खानी कित्थे बैठा हो, खेत भी है नहीं गा। हाय रब्बा सुख रखी। मम्मी तुसीं क्यों टेंशन करी जाने हो, हुण जस गए तां हैगे ने पिछे लभण लई, नाले आपां कर वी की सकदे आ। कुछ नहीं हुंदा, रब ते भरोसा रखो सारा कुछ सही हो जूगा। सारा कुछ पुत्ता इहदे करके हुंदा, मैं इहदे जांदी दे गल गुठा क्यों ना देता। मम्मी तुसीं क्यों बोली जाने हो, एवें तुहाडा बीबी बच जूगा। की लोड़ सी इहनूं इत्थे लियाउण दी, उत्थे आपदा औखी सौखी किवें कटदी ना कटदी। मम्मी छड्डे गल्लां नूं, डैडी दी फिकर करो, नाले जस नूं पुछो वी कदों कित्थे ने की कर रहे ने, किसे नूं होर दस देण पता कर लैण, रिश्तेदारां नूं बुला लो। ਲੋਕਾਂ ਦੀਆਂ ਵੀ ਧੀਆਂ ਨੇ, ਆਪਦੇ ਮਾਂ ਪਿਓ ਦਾ ਸਿਰ ਉੱਚਾ ਕਰ ਦਿੰਦੀਆਂ ਨੇ। ਇੱਥੇ ਅਸੀਂ ਕੀ ਦੱਸੀਏ ਕਿਸੇ ਨੂੰ, ਜੇ ਨਾ ਨਿਕਲ ਕੇ ਜਾਂਦੀ ਤਾਂ ਆਹ ਗੱਲਾਂ ਸਾਨੂੰ ਲੋਕਾਂ ਦੀਆਂ ਨਾ ਸੁਣਨੀਆਂ ਪੈਂਦੀਆਂ। ਪਤਾ ਨਹੀਂ ਇਹ ਹਲੇ ਕੀ ਕਾਰਾ ਕਰਾ ਕੇ ਛੱਡੂਗੀ। ਪੁੱਤ ਮੈਂ ਤਾਂ ਕਹਿੰਦੀ ਮੇਰੀ ਅੱਖਾਂ ਤੋਂ ਪਰੇ ਲੈ ਜਾ ਇਹਨੂੰ, ਮੈਨੂੰ ਤਾਂ ਗੁੱਸਾ ਚੜ੍ਹਦਾ ਇਹਨੂੰ ਦੇਖ ਕੇ, ਦਫੇ ਹੋ ਜਾ। ਮੰਮੀ ਕਿਉਂ ਬੋਲਦੇ ਹੋ, ਹੁਣ ਇਹਨੂੰ ਕਿਹੜੇ ਖੂਚ ਧੱਕਾ ਦੇ ਦਾਂ ਮੈਂ। ਜੇ ਮੈਨੂੰ ਖੂਚ ਧੱਕਾ ਦੇ ਦਿੰਦੀ ਪੁੱਤ ਤਾਂ ਚੰਗੀ ਰਹਿੰਦੀ, ਅੱਜ ਆਹ ਦਿਨ ਨਾ ਦੇਖਣਾ ਪੈਂਦਾ। ਮੇਰਾ ਤਾਂ ਜੀ ਕਰਦਾ ਇਹਨੂੰ ਹੁਣ ਵੀ ਕਿਸੇ ਨਹਿਰ ਚ ਸਿੱਟਿਓ। ਮੰਮੀ ਇੰਨਾ ਮਾੜਾ ਚੰਗਾ ਬੋਲਣ ਨਾਲੋਂ ਤਾਂ ਨਾ ਰੱਬ ਦਾ ਨਾਮ ਲੈ ਲਈਏ, ਆਪੇ ਭਲੀ ਕਰੂਗਾ, ਡੈਡੀ ਘਰੇ ਆ ਜਾਣਗੇ। ਤੁਸੀਂ ਕਿਉਂ ਘਬਰਾਈ ਜਾਂਦੇ ਹੋ, ਪਤਾ ਕਿੰਨੀ ਟੈਨਸ਼ਨ ਹੋਈ ਪਈ ਹੈ, ਮੈਂ ਵੀ ਤਾਂ ਤੁਹਾਨੂੰ ਸੰਭਾਲ ਹੀ ਰਹੀ ਹਾਂ। ਪੁੱਤ ਤੇਰੇ ਮੂਹਰੇ ਹੱਥ ਬੰਨਦੀ ਹਾਂ, ਹਾੜੇ ਇਹਨੂੰ ਲੈ ਜਾ ਪਰੇ ਮੈਂ ਇੱਥੋਂ। ਮੰਮੀ ਮੈਂ ਲੈ ਜਾਂਦੀ ਹਾਂ, ਪਰ ਤੁਸੀਂ ਪਲੀਜ਼ ਐਂ ਨਾ ਕਰੋ, ਉਹ ਦੇਖੋ ਆਪੇ ਚਲੀ ਗਈ ਉਹ ਤਾਂ। ਨਹੀਂ ਜੀ, ਕੱਲ ਮੂਹੀ ਕਿੱਥੇ ਧਰੀ ਪਈ ਸੀ ਮੇਰੇ ਕਰਮਾਂ 'ਚ, ਪਤਾ ਨਹੀਂ ਰੱਬ ਵੀ ਕਿਹੜੇ ਪਾਪਾਂ ਦੀ ਸਜ਼ਾ ਦਿੰਦਾ ਮੈਨੂੰ। ਚੱਲ ਕੋਈ ਨਹੀਂ ਮੰਮੀ, ਆਪਾਂ ਤਾਂ ਵਾਹਿਗੁਰੂ ਵਾਹਿਗੁਰੂ ਕਰ ਲੈਂਦੇ, ਡੈਡੀ ਆਪੇ ਘਰੇ ਆ ਜਾਣਗੇ, ਰੱਬ ਆਪੇ ਭੇਜੂਗਾ। ਰੱਬਾ ਸੁੱਖ ਰੱਖੀ, ਹੁਣ ਤਾਂ ਤੇਰੇ 'ਤੇ ਆਸਰਾ। ਬਸ ਮੰਮੀ ਰੋ ਨਾ, ਕਿਉਂ ਤੁਸੀਂ ਪਹਿਲੀ ਉਹ ਕਰੀ ਜਾਂਦੇ ਹੋ, ਚੰਗੇ ਭਲੇ ਹੈਗੇ ਡੈਡੀ। ਜਿਹੜੀ ਗੱਲ ਮੈਂ ਸੁਣ ਕੇ ਆਈ ਆ ਨਾ, ਜੇ ਉਹੀ ਗੱਲ ਤੂੰ ਵੀ ਸੁਣ ਕੇ ਆਂਦਾ, ਤੇਰੇ ਵੀ ਕਾਲਜ ਓਨੀ ਓ ਠੰਡ ਪੈਂਦੀ ਜਿੰਨੀ ਮੇਰੇ ਕਾਲਜ ਪਈ ਹੈ। ਹੈਮਾ ਕਾਲਜ ਚ ਠੰਡ ਨਾ, ਇਹ ਜੇ ਕਿਹੜੀ ਗੱਲ ਹੈ ਫਿਰ, ਦੱਸ ਦੇ ਮੇਰੇ ਵੀ ਪੈਜੂ ਕਾਲਜ ਚ ਠੰਡ। ਬੇ ਜਿਹੜਾ ਕੁਛ ਮੈਂ ਸੋਚਿਆ ਸੀ ਉਹੀ ਕੁਛ ਹੋ ਗਿਆ, ਮਨਪ੍ਰੀਤ ਦੀ ਸੱਸ ਮਨਪ੍ਰੀਤ ਨੂੰ ਛੱਡ ਕੇ ਵਗੀ। ਛੱਡ ਕੇ ਵਗੀ, ਇਹ ਕੀ ਮਤਲਬ? ਬੇ ਮਤਲਬ ਤਾਂ ਠੀਕ ਹੀ ਹੈ, ਬਸ ਹੁਣ ਮਨਪ੍ਰੀਤ ਦਾ ਘਰ ਪੱਟਿਆ ਲੈ, ਹੁਣ ਤਾਂ ਰੱਬ ਵੀ ਉਹੀ ਕੁਛ ਚਾਹੁੰਦਾ ਜਿਹੜਾ ਕੁਛ ਆਪਾਂ ਚਾਹੁੰਦੇ ਹਾਂ। ਮੈਂ ਇਹ ਚਾਹੁੰਦਾ ਵੀ ਪਹਿਲਾਂ ਸਾਲੇ ਜੱਸ ਦਾ ਘਰ ਪੱਟਿਆ ਜਾਵੇ, ਮੇਰੇ ਤਾਂ ਫਿਰ ਕਾਲਜ 'ਚ ਠੰਡ ਪਊ। ਬੇ ਪੁੱਤਾ ਤੂੰ ਸਬਰ ਤਾਂ ਕਰ, ਉਹ ਵੀ ਹੋਜੂ, ਹਜੇ ਪਹਿਲਾਂ ਤੂੰ ਇਸ ਗੱਲ ਦਾ ਇੰਤਜ਼ਾਰ ਕਰ ਕਿ ਤੇਰੇ ਤਾਏ ਦੇ ਬੈਣ ਕਦੋਂ ਪੈਣਗੇ। ਹੈ ਵਾ ਤਾਏ ਦੇ ਬੈਣ? ਬੇ ਹਾਂ, ਮੈਂ ਉਹਨਾਂ ਦੇ ਘਰੇ ਗਈ ਸੀ ਨਾ, ਆਉਂਦੀ ਆਉਂਦੀ ਇਹੋ ਜਿਹਾ ਤੀੜ ਛੱਡ ਕੇ ਆਈ ਹਾਂ ਨਾ, ਜੇ ਕੋਈ ਅਣਖਾਲਾ ਹੋਊਗਾ ਤਾਂ ਬਸ ਜਿਉਂਦਾ ਨਹੀਂ ਰਹਿਣਾ। ਫਿਰ ਜਾਂ ਤਾਂ ਤਾਇਆ ਗਿਆ ਲੈ ਜਾਂ ਜੱਸ ਗਿਆ ਲੈ। ਤੇਰਾ ਤਾਇਆ ਹੀ ਜਾਊ, ਘਰੋਂ ਤਾਂ ਉਹ ਐਂ ਭੱਜਿਆ ਸੀ ਜਣੂ ਬਸ ਹੁਣੀ ਮਰੂ। ਅੱਛਾ ਫਿਰ ਤਾਂ ਸ਼ਰੀਕ ਨੂੰ ਤਾਂ ਨਾ ਤਗੜਾ ਮਾਰ ਕੇ ਹੀ ਲੱਗਦੀ ਹੈ ਮਾਂ। ਬੇ ਸ਼ਰੀਕ ਨੇ ਆਪਣੇ ਤਾਨਾ ਤਾਂ ਮਾਰਨਾ ਬਣਦਾ ਹੀ ਹੈ, ਨਾਲੇ ਪੁੱਤ ਉਹਨਾਂ ਨੇ ਥੋੜ੍ਹਾ ਕੀਤਾ ਆਪਣੇ ਨਾਲ, ਤੈਨੂੰ ਤਾਂ ਪਤਾ ਹੀ ਹੈ। ਬਸ ਹੁਣ ਤੂੰ ਦੇਖਦਾ ਜਾ, ਜੇ ਉਹਨਾਂ ਦੀ ਮੈਂ ਵੀ ਕੌਲੀ ਬਾਟੀ ਨਾ ਪਕਾਈ ਨਾ, ਮੈਨੂੰ ਵੀ ਆਪਦੀ ਮਾਂ ਨਾ ਕਹੀ। ਉਹ ਤਾਂ ਠੀਕ ਹੈ ਮਾਂ, ਪਰ ਸੜਾ ਸਵਾਦ ਤਾਂ ਉਦੋਂ ਆਊ ਜਦੋਂ ਇਹ ਸੜਕਾਂ 'ਤੇ ਰੁਲਣਗੇ। ਓਏ ਪੁੱਤਰਾ, ਸੜਕਾਂ 'ਤੇ ਵੀ ਰੁਲਣਗੇ,
बस तू सबरता रख, ओ दिन भी बहुता दूर नहीं हैगा। बस एक बारी उन्हां दे घर दी न्यों हल जे, मकान डिगदे फिर देर नहीं लगदी। हे रब सचिया, मैं ते तो जो भी मंगया तू मैनू ओही ओही दिता। पहला मैनू जेठा पुत दिता, मैं बहुत खुश होया। ते तीन साल बाद मैनू तू धी दिती, मैं उदू भी बहुत खुश होया। ते मैं कोई सोग नहीं किया कि मेरे धी जमी। मैं शुक्र किया तेरा दात्या कि मेरी पुत नाल भी कोल तुर पी, ते मेरी धी नाल भी कोल चल पी। ते मैं सारे सरीके विच लड्डू ते पतासे वंडे, पर हुण मेरी धी ने जो जो करतूतां करियां वो मेरे सामने भूतां बन के खड़ गईयां। रब्बा हुण तू मैनू मौत दे दे, मैं इस संसार विच किसे नूं मूंह दिखाउण जोगा नहीं। तू हथ बन के बेनती है रब्बा, हुण मैनू मौत भी दे दे, हुण मैनू मौत दे दे। हाय रब्बा, हाय ओ रब्बा, हुण नहीं रह हुंदा, हुण तां कुछ ना कुछ करना ही पैना। क्यों रोई जानी है हुण? भाभी तुसी मैनू क्यों बचाया? जे तुसी मैनू मर लैन दिंदे ना तो ज्यादा दिन नहीं देखने पैने सी। मनप्रीत मैं समझ रही हाँ जो कुछ तेरे नाल हो रहा, पर थोड़ा जिहा ना हिम्मत रख ते हुण ये सोच भी बच्चे का करना की है। भाभी इहदा की करना, मैं इस जवाक नू जन्म नहीं देना। जे किते मैं जवाक नू जन्म दे भी दिता ना सारी उम्र मैनू मेरी गलती का एहसास कराऊगा। जे गल आ चल फिर मेरे नाल डॉक्टर दे, आपां इहदा इलाज ही करा दिंदे आ जमा। नहीं भाभी हजे मैं किते नहीं जाना, पहले डैडी नू घरे आ लैन दो। मनप्रीत देख ला तेरी निक्की जी गलती सारे टब्बर नू किन्ना दुखी करी जांदी है। भाभी इसे गल दा तां अफसोस आ, इह पता नहीं उह किहड़ी चंद्री घड़ी सी जदों मैं उहदियां गल्लां चाके घरों पैर पुट लिया। चल मनप्रीत हुण जो हो गया सो हो गया, ठीक है मिट्टी पा इन्हां गल्लां ते। ते तू मेरी गल मन तारी ना, एक समझदार मुंडा, ते जो गल असीं उहनूं समझाईए ते उह समझूगा जरूर। भाभी मैं मन्नदी आं वी तारी तां समझदार ते सियाणा, पर भाभी उहदी मम्मी, मैनूं पता हुण उहदी मम्मी ने मैनूं घरे नहीं वड़न देणा। मनप्रीत जे तारी तेरे वल दा हो जाए ना मम्मी डैडी दी अद्धी चिंता घट जाए, नाले हुण तो वैसे भी जिउंदे भी मरियां वर्गी ने। चल तू रो ना। हाँ जी मम्मी आई। तू बैठ इत्थे मैं आनी आ। पता नहीं मेरे दिमाग ते केड़ी पुठी टिकरी वजी सी जेड़ा मैं इहो जिहा कुछ कीता। हाँ जी मम्मी। जसन पुत जसन ही फोन करके देख ला, की पता उहनूं कोई तेरे प्यो दा थौ पता लग गया होवे। मम्मी मैं तां 10 फोन ला ले उह फोन ही नहीं चकदे। ਉਹ ਵੀ ਜਵਾਕ ਕਿੱਧਰ ਕਿੱਧਰ ਹੋਵੇ, ਸਾਰੀ ਕਬੀਲਦਾਰੀ ਉਹਦੇ ਸਿਰ 'ਤੇ ਪੈ ਗਈ। ਮੈਨੂੰ ਤਾਂ ਤੇਰੇ ਪਿਓ ਦੀ ਐਂ ਨਹੀਂ ਸਮਝ ਆਉਂਦੀ ਵੀ ਤੂੰ ਨਿਆਣਾ ਤਾਂ ਨਹੀਂ, ਤੂੰ ਐਂ ਤਾਂ ਦੇਖ ਲਾ ਵੀ ਕੁੜੀ ਨੇ ਤਾਂ ਜਿਹੜਾ ਤਪਾਉਣਾ ਸੀ ਤਪਾਤਾ, ਤੂੰ ਮੁੰਡੇ ਨੂੰ ਆ ਹੋਰ ਬਿਪਤਾ 'ਚ ਪਾਈ ਜਾਂਦਾ ਹੈਗਾ। ਮੰਮੀ ਤੂੰ ਫਿਕਰ ਨਾ ਕਰ, ਜਸ ਗਏ ਨੇ ਨਾ ਲੈਣ ਤਾਂ ਲੈ ਕੇ ਆਉਣਗੇ ਡੈਡੀ ਨੂੰ, ਕਿਉਂ ਘਬਰਾਈ ਜਾਂਦੇ ਹੋ? ਪੁੱਤ ਫਿਕਰ ਕਿਉਂ ਨਾ ਕਰਾਂ ਜਦੋਂ ਉਹਦਾ ਕੋਈ ਥਾਂ ਟਿਕਾਣਾ ਹੀ ਨਹੀਂ ਪਤਾ ਲੱਗਦਾ। ਮੰਮੀ ਕੋਈ ਨਾ ਸਭ ਕਿਤੇ ਮਿਲ ਜਾਣਗੇ ਡੈਡੀ, ਕੋਈ ਨਾ ਕੋਈ ਤਾਂ ਦੱਸ ਹੀ ਦਿੰਦਾ ਹੁੰਦਾ ਨਾਲੇ। ਮੇਰੀ ਤਾਂ ਬਾਹਲੀ ਜਾਣ ਔਖੀ ਕਰਤੀ ਆ ਕੁੜੀ ਨੇ, ਗਾਹਾਂ ਤੇਰੀ ਚਾਚੀ ਇਹੀ ਜਿਹੇ ਲੋਕਾਂ 'ਚ ਐਂ ਡੰਡੋਰਾ ਪਿੱਟ ਦੂ, ਆਪਾਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਪੁੱਤ? ਮੰਮੀ ਚਾਚੀ ਦਾ ਛੱਡੋ, ਉਹਦਾ ਕੀ ਆ, ਉਹ ਤਾਂ ਕੁੱਤਿਆਂ ਵਾਂਗੂ ਫਿਰਦੀ ਆ ਗਲੀ 'ਚ ਭੌਂਕਦੀ, ਉਹਦਾ ਕੋਈ ਯਕੀਨ ਨਹੀਂ ਕਰਦਾ ਹੈਗਾ। ਇਹਨੇ ਆਪਾਂ ਨੂੰ ਤਾਂ ਪੱਟਣਾ ਸੀ, ਉਹ ਬਗਾਨੇ ਪੁੱਤ ਦਾ ਵੀ ਘਰ ਪੱਟਤਾ। ਮੰਮੀ ਚੱਲ ਹੁਣ ਤੁਸੀਂ ਐਂ ਨਾ ਬੋਲੋ, ਮੇਰੀ ਗੱਲ ਸੁਣੋ। ਜੇ ਹੁਣ ਮਨਪ੍ਰੀਤ ਨੂੰ ਨਾ ਆਪਣੀ ਸਭ ਤੋਂ ਵੱਧ ਲੋੜ ਆ
जे अज नहीं आपां उहदे नाल खड़ांगे फिर उह की करूगी कल्ली। ले दस पुत, तू हले भी उहदे नाल खड़न दीआं गल्लां करदीआं, उहदीआं करतूतां तां देख ला, नहीं इही जी करतूत तां कोई धी नहीं करदी जिहड़ी इहने करती। हले कहिंदी उहदे नाल खड़ जा, मेरा तां इंज ही करदा पट के टोआ ना इहनूं अंदरे दबदा। मम्मी कित्थे लेखा देवांगे, कुड़ियां दा तां सत्थ घरदिआं नूं देणा ही पैंदा। तुसीं घबराओ ना, आपां कोई हल कढांगे तां वॉशिंग करा दांगे ते तारी नूं मना के तां दुबारे घर वसा दांगे, होर की कर सकदे आ। पुत मेरी तां पता नहीं क्यों ऐ लगी जांदा वी तेरा प्यो कितें चंद्रा कुछ कर ना लवे। कुछ नहीं करदे मम्मी, दुबारे फोन ला के देख ला जस नूं। मम्मी मेरा फोन वजदा नहीं, देख कितें तेरे प्यो दा फोन तां नहीं, की पता जस नूं मिली गया होवे। हे रब्बा मिली गया होवे। ਕਿੱਧਰ ਵੱਗ ਗਿਆ ਯਾਰ ਬਾ, ਸਾਰੇ ਕਿਤੇ ਭਾਲ ਲੈ ਲਾ, ਦੱਸ ਕਿੱਥੇ ਕਿੱਥੇ ਭਾਲਾ ਹੁਣ ਮੈਂ, ਕਿਹੜੇ ਰਿਸ਼ਤੇਦਾਰ ਨੂੰ ਫੋਨ ਲਾਵਾਂ ਹੁਣ, ਐਂ ਤਾਂ ਸ਼ਰਮ ਵੀ ਆਉਂਦੀ ਆ ਰਿਸ਼ਤੇਦਾਰਾਂ ਨੂੰ ਦੱਸਦੇ ਦੱਸਦੇ। ਜੁੱਤੀ ਇਹ ਤਾਂ ਬਾਪੂ ਦੀ ਆ। ਗੇਟ ਵੀ ਖੁੱਲ੍ਹਾ ਪਿਆ, ਬਾਪੂ ਬਾਪੂ ਓ ਬਾਪੂ, ਕੀ ਕਰ ਲਿਆ ਬਾਪੂ ਤੂੰ, ਉਹ ਸਾਨੂੰ ਤਾਂ ਦੱਸ ਦਿੰਦਾ ਕੀ ਗੱਲ ਤੀ, ਆਹ ਕੁਛ ਕਰਨ ਤੋਂ ਪਹਿਲਾਂ ਸੋਚਦਾ ਰਹਿੰਦਾ ਬਾਪੂ, ਅਸੀਂ ਕੀ ਕਰਾਂਗੇ ਤੇਰੇ ਬਿਨਾਂ। ਕਿਹਦਾ ਫੋਨ ਹੈ? ਦੱਸਦਾ ਹੀ ਅੰਮੀ, ਛੇਤੀ ਚੱਕ ਪੁੱਤ। ਹੈਲੋ, ਹੈ ਕੀ ਹੋ ਗਿਆ? ਜਸ਼ਨ ਬੋਲਦੀ ਕਿਉਂ ਨੀ ਪੁੱਤ? ਜਸ਼ਨ ਬੋਲਦਾ ਪੈਦੀ ਏ, ਮੰਮੀ ਡੈਡੀ ਨੇ ਸਪਰੇ ਪੀ ਲਈ ਗਏ। ਬੂਵੇ ਮਰ ਜਾ, ਆਪਾਂ ਤਾਂ ਜਮੀ ਵੱਟੇ ਗਏ। ਮੰਮੀ ਆਪਾਂ ਜਸ ਨੂੰ ਕਹਿੰਦੇ ਫਟਾਫਟ ਡਾਕਟਰ ਦੇ ਲੈ ਜਾਓ, ਚਲੋ ਖੜੇ ਹੋ, ਚੱਪਲ ਪਾਓ। ਓਏ ਰੱਬਾ, ਖੜੀ ਹੋ ਮੰਮੀ, ਛੇਤੀ ਜਾ ਰਿਹਾ ਪੁੱਤ। ਤੂੰ ਹੈ ਕਿਵੇਂ ਬੈਠਾ, ਮੈਂ ਕੀ ਸੋਚੀ ਜਾਣਾ? ਕੁਛ ਨੀ, ਮੈਂ ਕੀ ਸੋਚਣਾ? ਆ ਸੋਚੀ ਤਾਂ ਜਾਣਾ ਹੈਗਾ ਨਾ, ਹੁਣ ਫਿਰ ਤੂੰ ਦਿਮਾਗ ਤੇ ਵੀ ਪਾਬੰਦੀਆਂ ਲਾਏਗੀ, ਕੁਛ ਸੋਚ ਵੀ ਨੀ ਸਕਦਾ ਮੈਂ। ਤੂੰ ਮੈਨੂੰ ਸਿੱਧਾ ਹੋ ਕੇ ਗੱਲ ਦੱਸ ਦੇ ਵੀ ਕੀ ਹੈਗੀ। ਕੋਈ ਗੱਲ ਨਹੀਂ ਹੈਗੀ ਨਾ, ਨਾਲੇ ਮੈਨੂੰ ਐਂ ਦੱਸ ਤੇ ਕੱਲ ਉਹਨਾਂ ਨੇ ਤੈਨੂੰ ਕੀ ਘੋਲ ਕੇ ਪਿਆ ਤਾ, ਜਿਹੜਾ ਮਿੰਟ 'ਚ ਹੀ ਉਹਨਾਂ ਦੇ ਪੱਖ ਦਾ ਹੋ ਖੜਿਆ ਤੂੰ। ਮੈਂ ਕਿਸੇ ਦਾ ਕੋਈ ਪੱਖ ਨਹੀਂ ਦਿੱਤਾ, ਨਾ ਉਹਨਾਂ ਨੇ ਮੈਨੂੰ ਕੁਛ ਘੋਲ ਕੇ ਪਿਆ, ਜਿਹੜੀ ਗੱਲ ਸੱਚ ਤੀ ਬਸ ਮੈਂ ਉਹਦੇ ਨਾਲ ਖੜਿਆ ਨਾ। ਹੁਣ ਤੈਨੂੰ ਕੀ ਸੱਚਾਈ ਦੀਗੀ, ਕਿੱਡਾ ਵੱਡਾ ਤਾਂ ਕਾਂਡ ਕਰਤਾ ਉਹਨੇ। ਉਹਦੀ ਗਲਤੀ ਤੀ ਅਣਜਾਣਪੁਣੇ 'ਚ, ਨਿਆਣੀ ਮੱਤ ਤੀ, ਬਸ ਹੋ ਗਿਆ ਉਹ ਤੋਂ। ਅੱਛਾ, ਐਡੀ ਵੀ ਨਿਆਣੀ ਨਹੀਂ ਉਹ, ਵੀ ਉਹਨੂੰ ਕੋਈ ਐਂ ਬਾਹੋਂ ਫੜ ਕੇ ਲੈ ਗਿਆ, ਸਮਝ ਗਿਆ? ਸਭ ਕੁਝ ਜਾਣਦੀ ਸੀ, ਆਪਦੇ ਆਪ ਗਈ ਸੀ ਉਹਦੇ ਨਾਲ ਨਿਕਲ ਕੇ ਉਹ। ਮਾਂ ਕੁਛ ਮਰਜ਼ੀ ਹੈ, ਪਰ ਮੈਂ ਉਹਦੀਆਂ ਅੱਖਾਂ 'ਚ ਨਾ ਉਹਦੀ ਗਲਤੀ ਦਾ ਪਛਤਾਵਾ ਦੇਖਿਆ। ਬੇ ਆ ਉਹਦੀਆਂ ਨਾ ਅੱਖਾਂ ਉੱਖਾਂ ਪੜਨੀਆਂ ਛੱਡ ਦੇ ਤੂੰ, ਜਾ ਕੇ ਨਾ ਵਕੀਲ ਤੋਂ ਤਲਾਕ ਦੇ ਕਾਗਜ਼ ਪੜਾ ਲੈ। ਤਲਾਕ? ਹਾਂ ਤਲਾਕ, ਮੈਂ ਤਾਂ ਨਾ ਉਹਨੂੰ ਇਹੀ ਜੀ ਨੂੰ ਇੱਕ ਮਿੰਟ ਨਹੀਂ ਆਪਦੇ ਅੱਖਾਂ ਸਾਹਮਣੇ ਜਰ ਸਕਦੀ। ਘੱਟੋ ਘੱਟ ਦੇਖ ਕੇ ਤਾਂ ਬੋਲ ਪਿਆ ਕਰ। ਨਾ ਕਿਹਨੂੰ ਦੇਖ ਕੇ ਬੋਲਾਂ, ਕਿੱਧਰ ਚੱਲਿਆ ਹੁਣ ਤੂੰ? ਮੈਨੂੰ ਇਕੱਲੇ ਨੂੰ ਛੱਡ ਦੇ, ਮੇਰੇ ਤੋਂ ਨਹੀਂ ਪਕਾਈ ਹੁੰਦੀ ਇਹ ਗੱਲਾਂ 'ਤੇ, ਜਿਹੜਾ ਕੁਛ ਆਉਂਦਾ ਮਨ 'ਚ ਬਸ ਉਹੀ ਬੋਲੀ ਜਾਂਦੀ ਹਾਂ। ਮੈਂ ਸੱਚ ਬੋਲਦੀ ਹਾਂ, ਨਾਲੇ ਮੇਰੀ ਗੱਲ ਨਾ ਤੂੰ ਯਾਦ ਰੱਖ ਲਈ, ਇਹ ਚੁੱਪ ਕਰਕੇ ਕੰਮ 'ਤੇ ਵਗ ਜਾ, ਬੰਦੇ ਦਾ ਪੁੱਤ ਬਣ ਕੇ ਨਾਲੇ ਆ ਉਹਦਾ ਅਫਸੋਸ ਜਿਹਾ ਮਨਾਉਣਾ ਛੱਡ ਦੇ, ਹੁਣ ਬਹੁਤ ਹੋ ਗਿਆ। ਕੋਈ ਨਾ, ਵਗ ਜੂੰਗਾ ਜਦੋਂ ਜਾਣਾ ਹੋਵੇ। ਜਦੋਂ ਜਦੋਂ ਦੀ ਮਤਲਬ ਨਹੀਂ ਹੈਗਾ, ਚੁੱਪ ਕਰਕੇ ਵਗ ਜਾ। ਕਿੱਥੋਂ ਉਸੇ ਦੇ ਖਿਆਲਾਂ 'ਚ ਡੁੱਬਿਆ ਰਹਿੰਦਾ ਸਾਰਾ ਦਿਨ।
मैं भी देख दिया उन्हों कि मैं ले आऊँ उन्हों इस करे आ कुड़ी नू फोन लाऊनी है। हेलो हेलो सस्रीकाल मम्मी नहीं सस्रीकाल ता ठीक है कल उन्हों कोई ना कोई बहाना लाके मेरे कोले पहुंच जा। क्यों मम्मी इन्नी काली ना बुला रहे हो कोई खैर सुख ता है? नहीं खैर सुख का दी है खैर सुख तो पूछे ना बस। क्यों की हो गया कौन फिर लड़ती है सास नु हां? नहीं लड़ांगे ता ताही जे ओ करे होऊगी। क्यों तेरा की मतलब मम्मी? नहीं ओ तो बालियो कपत्ती निकली। क्यों और की करता है जाने? नहीं पूछना करया ता है या ना उने जेड़ा बस किसी नु मुंह दिखाउण जोगा नहीं छड़े। नहीं लुटे अपा कादे गए लुटे तो मां प्यो गए ने जिन्हां दी ओह सारे पिंड च झंडी करा के गई है। तू घरे बढ़न दी कहनी है मैं देली ते नहीं चढ़न देंदी अपनी ते तू मेरी धी बन के ना कोई बहाना ला के आ जा बस ना थोड़ा जा तारी दा मन जा मैनू डोलता लगदा किते ए ना मेरे उत्तों दी चल जे। कोई ना मम्मी बहाने ता मेरे कोले बथेरे ने बाकी तू तारी दी फिकर ना कर मैं तारी नू आके आही जी चक देऊंगी ना कि तारी ने उन्हें घरे तक ही लेके आना तारी ओदी शकल भी देखना पसंद नहीं करूगा। बस फिर तू जरूर पहुंच जी तड़के लेट ना होई चंगा। चंगा चंगा मम्मी सोचना कर तू। चल ठीक है चंगा चल जे कुड़ी जी आ गई चल इनू बढ़िया लूगी नहीं ये मेरे उत्तों दी हुंदा जांदा। आ मुंडे जी दा भी पता नहीं किथे निकलेगा आई नहीं भी माड़ा मोटा काम धंधा कर लिया बे आ गया कोले कछ के सारा दिन फिरदा रहा कर पकाई करदा कदे खर्जा कर करें किसे टाइम। ए मां मैं कोले कूले कछ के नहीं आया ओ मैं ता खबर लैण गया थी कोली कट खबर लेके आया मैं ता। बे केड़ी खबर मैनू भी सुना पुत्त। खबर तो तेनू सुना दा नामा मैं ता जदों दी खबर सुनी है ना मेरा ता ए जी करदा भी ढोल ते भंगड़े पावा। बे की गल किते तेरा ताए ता नहीं गड्डी चढ़ गया? आहो मां चढ़ गया ता गड्डी। बे मैं तेनू कहा नहीं सी भई मैं एहा जा तीर निशाने ते लाके आई हां ना भई कोई अणखला होऊगा ता ओ जौंदा नहीं रहना। सही गल है मां ता बड़ी अणखला निकले यार। ਕਿਹੜੀ ਅਣਖ ਉਣਖਾ ਅਣਖ ਉਣਖ ਨਹੀਂ ਹੈਗੀ ਪੁੱਤ ਉਹਦੇ ਪੱਲੇ ਉਹ ਤਾਂ ਲੋਕਾਂ ਤੋਂ ਡਰਦੇ ਨੇ ਜਾਨ ਦਿੱਤੀ ਹੈ ਵੀ ਲੋਕ ਕੀ ਕਹਿਣਗੇ ਉਹਦੀ ਧੀ ਨੇ ਕਾਰਾ ਜੋ ਇਹੋ ਜਿਹਾ ਕੀਤਾ ਨਾ ਪਹਿਲਾਂ ਤੂੰ ਮੈਨੂੰ ਸੱਚੀ ਐ ਗੱਲ ਦੱਸ ਵੀ ਇਹ ਖਬਰ ਪੱਕੀ ਹੈ ਨਾ? ਪੱਕੀ ਕਿਹਾ ਤਾਂ ਕੀ ਕਿਹਾ ਮਾਂ ਜਮਾਂ ਪੱਥਰ ਵਰਗੀ ਪੱਕੀ ਹੈ ਨਾ ਲੋਕ ਜਾ ਤਾਂ ਰਹੇ ਨੇ ਉਹਨੂੰ ਲੈਣ ਉੱਥੇ ਲੈਣ ਗਏ ਨੇ ਉਹਦੀ ਲਾਸ਼ ਨੂੰ ਖੇਤ। ਵੇ ਪੁੱਤ ਫਿਰ ਮੈਨੂੰ ਐਂ ਦੱਸ ਤੂੰ ਅੱਜ ਕੀ ਖਾਵੇਂਗਾ ਮੇਰਾ ਤਾਂ ਚਿੱਤਾ ਐਂ ਕਰਦਾ ਵੀ ਮੈਂ ਕੜਾ ਬਣਾ ਲਿਆ। ਕੜਾ ਬਣਾ ਖਵਾਓ ਉਹਨੂੰ ਕਿਹੜਾ ਮਾਂ ਤੂੰ ਖਾਦੀ ਉਹਦੇ ਰਤ ਨਿਆਣੇ ਢਾਬੇ ਤੇ ਲੱਗੀ ਹੋਈ ਹੈ। अच्छा मेरी गल सुन तू ऐ कर तू हुण उन्हां दे घरे वग जा। हां केरां तां मैं जा के आना पऊगा मैनूं जानी आ मैं। जा जा तू नाले देख ली कोई गल्लां गल्लां करके उन्हां नाल। मैं कहंदी सी महाजे मैं पूरा बना के खाई जांदी। खाण दी मां तेनूं खुशी दा दिन है। खाण दी खुशी दा दिन है कोई ना खुशी मना लांगे तू उन्हां दे घरे जा पहला जाके बैण तां पाया शरीक दे घरे। हां चल जाणा तां पऊगा करनी आ ठूर ठूर मगर मच्छ नाले ना कपड़े बदल के वग जा दो दिन हो गए अही पाई फ्री नहीं है। बे कपड़े नहीं मैं बदल के जांदी हैगी किधरे नहीं वधिया आई जाऊंगी मैं तां। सत श्री अकाल जी सारयां नूं। उम्मीद है तुसीं सारे जणे ठीक ठाक होवोंगे ते हन अपने घरां च बैठ के साडियां वीडियोज़ देख रहे होंगे ते थैंक यू सो मच साडी सीरीज़ नूं इन्ना सारा प्यार देण लई ते अगे भी तुसीं इदां ही प्यार दिंदे रहो ते अगे थोड़े लई होर वधिया वधिया वीडियोज़ ते सीरीज़ लैके आवांगे आपां ते थैंक यू सो मच तुसीं मेरे करैक्टर नूं इन्ना प्यार दे रहे हो ते साडी बाकी टीम लई भी बहुत सोहणे सोहणे कमेंट करदे हो उहनां नूं मोटीवेट करदे हो तो वह भी है ना कमेंट रीड करके सोचते कि आपको इन्ना प्यार मिलता तो आप अगे भी बेस्ट दईए तो हूँ आप अज ना कमेंट रीड करा कुछ क जोड़े अपने हर वीडियो के नीचे कमेंट करते हैं तो एक तो है ना तुम भी हर वीडियो के नीचे कमेंट करया करो तो आपदा वधिया है ना अगे जाना हों कि है ना लोग वधिया वधिया कमेंट करते कि आप अगे वधीए कोई चंगा कुछ सुनेहा लैके आईए थोड़ा परिवार च लोग कमेंट भी करते हैं कि है ना थोड़िया दीदी वीडियोज़ असी परिवार च बैठ के देखते हैं सानू बेसब्री नाल इंतजार रहिंदा।
ਤੁਸੀਂ ਸਾਨੂੰ ਇਸ ਤੋਂ ਸੋਹਣੇ ਸੋਹਣੇ ਕਮੈਂਟ ਕਰੋਗੇ, ਅਸੀਂ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਵਾਂਗੇ। ਅਤੇ ਆਪਾਂ ਥੋੜ੍ਹੇ ਜਿਹੇ ਨਾਮ ਲੈ ਲਈਏ ਅੱਗੇ। ਇੱਕ ਤਾਂ ਕੁਲਵਿੰਦਰ ਸ਼ੇਰਗਿੱਲ ਭੈਣ ਨੇ, ਇਹ ਨਾ ਹਰ ਵੀਡੀਓ ਦੇ ਅੱਗੇ ਨੀਚੇ ਕਮੈਂਟ ਕਰਦੇ ਆ, ਮਨਪ੍ਰੀਤ ਨੂੰ ਵੀ ਬਹੁਤ ਮੋਟੀਵੇਟ ਕਰਦੇ ਆ। ਹਾਂ ਬਿਲਕੁਲ ਸਹੀ ਗੱਲ ਆ, ਇੱਦਾਂ ਦਾ ਕਰੈਕਟਰ ਕਰਨਾ ਕਿਤੇ ਕੋਈ ਸੌਖੀ ਗੱਲ ਨਹੀਂ ਪਈ। ਅਤੇ ਹੁਣ ਇੱਕ ਬਲਜਿੰਦਰ ਕੌਰ ਜੀ ਨੇ, ਸੁਪਰ ਨਾਈਸ ਫੰਟੈਸਟਿਕ ਸੀਰੀਜ਼, ਆਲਵੇਜ਼ ਵੇਟਿੰਗ ਯੂਅਰ ਵੀਡੀਓਜ਼, ਥੈਂਕਸ ਡੀਅਰ ਜਸਟੈਸ਼ਨ। ਥੈਂਕ ਯੂ ਸੋ ਮੱਚ ਦੀਦੀ, ਤੁਸੀਂ ਇੰਨਾ ਸੋਹਣਾ ਕਮੈਂਟ ਕਰਦੇ ਹੋ। ਹੋਰ ਗਗਨਦੀਪ, ਬਹੁਤ ਸੋਹਣੀ ਸਟੋਰੀ ਹੈ ਜਸ਼ਨ ਦੀਦੀ, ਥੈਂਕ ਯੂ ਵੀਰੇ ਸੋ ਮੱਚ, ਤੁਸੀਂ ਇੰਨਾ ਸੋਹਣਾ ਕਮੈਂਟ ਕੀਤਾ। ਗੁਰਲੀਨ ਕੌਰ, ਜਸ ਵੀਰੇ ਅਤੇ ਜਸ਼ਨ ਭਾਬੀ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਆ, ਜਲਦੀ ਤੋਂ ਜਲਦੀ ਐਪੀਸੋਡ ਪੋਸਟ ਕਰਿਆ ਕਰੋ ਅਤੇ ਬਹੁਤ ਸੋਹਣੇ ਹੁੰਦੇ ਆ। ਥੈਂਕ ਯੂ ਸੋ ਮੱਚ, ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੇ ਹਾਂ ਕਿ ਪੋਸਟ ਕਰ ਸਕੀਏ, ਬਟ ਜਿਹੜੇ ਸਾਡੇ ਆਰਟਿਸਟ ਆ ਨਾ ਉਹ ਫ੍ਰੀ ਨਹੀਂ ਹੁੰਦੇ, ਜਦੋਂ ਸਾਨੂੰ ਟਾਈਮ ਦਿੰਦੇ ਆ ਅਸੀਂ ਉਸ ਹਿਸਾਬ ਨਾਲ ਹੀ ਸ਼ੂਟ ਕਰਦੇ ਹਾਂ ਅਤੇ ਫਿਰ ਅਪਲੋਡ ਕਰਦੇ ਹਾਂ। ਵੀਰਪਾਲ ਕੌਰ, ਵੈਰੀ ਨਾਈਸ ਐਕਟਿੰਗ ਐਂਡ ਗੁੱਡ ਮੈਸੇਜ, ਗੋਡ ਬਲੈਸ ਯੂ। ਥੈਂਕ ਯੂ ਭੈਣੇ, ਅਸੀਂ ਤਾਂ ਖੁਦ ਚਾਹੁੰਦੇ ਹਾਂ ਵੀ ਹੈ ਨਾ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾਵੇ। ਆਪਾਂ ਸਾਰੀ ਦੁਨੀਆਂ ਨੂੰ ਤਾਂ ਨਹੀਂ ਸੁਧਾਰ ਸਕਦੇ, ਬਟ ਹੈ ਨਾ ਕੁਛ ਕੁ ਲੋਕਾਂ ਨੂੰ ਆਪਾਂ ਮੈਸੇਜ ਦੇ ਹੀ ਸਕਦੇ ਹਾਂ ਜੇ ਅਗਲੇ ਨੇ ਸਮਝਣਾ ਹੋਵੇ ਤਾਂ। ਗੁਰਲਾਲ ਗਿੱਲ, ਵੈਰੀ ਗੁੱਡ ਕਰੈਕਟਰ ਆਫ ਜਸ ਜਸ਼ਨ, ਵਾਹਿਗੁਰੂ ਜੀ ਕਿਰਪਾ ਕਰਨ। ਸੁਖਦੀਪ ਕੌਰ ਗਿੱਲ, ਥੈਂਕ ਯੂ ਸੋ ਮੱਚ ਤੁਹਾਡਾ। ਅਤੇ ਜਸਵਿੰਦਰ ਜਵੰਦਾ, ਜਸ ਅਤੇ ਜਸ਼ਨ ਦੀ ਐਕਟਿੰਗ ਸੁਪਰ, ਵਾਹਿਗੁਰੂ ਮਿਹਰ ਕਰੇ ਸਾਰਿਆਂ 'ਤੇ। ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ ਸਾਰਿਆਂ ਦਾ। ਅਤੇ ਆਪਣਾ ਖਾਨ ਸਾਹਿਬ, ਮਨਪ੍ਰੀਤ ਤੁਹਾਡੀ ਐਕਟਿੰਗ ਬਹੁਤ ਸੋਹਣੀ ਆ, ਥੈਂਕ ਯੂ ਵੀਰੇ, ਤੁਸੀਂ ਮਨਪ੍ਰੀਤ ਲਈ ਵੀ ਹੈ ਨਾ ਇੰਨਾ ਐਪਰੀਸ਼ੀਏਟ ਕਰਦੇ ਉਹਨੂੰ, ਅਤੇ ਬਾਕੀ ਸਾਰੀ ਟੀਮ ਲਈ ਵੀ ਤੁਸੀਂ ਹੈ ਨਾ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ। ਤਾਰੀ ਵੀਰੇ ਦੀ ਐਕਟਿੰਗ ਵੀ ਬਹੁਤ ਸੋਹਣੀ ਆ, ਅਤੇ ਬਾਕੀ ਜਿੰਨੀ ਵੀ ਟੀਮ ਆਪਣੀ ਸਾਰੀ ਬਹੁਤ ਸੋਹਣੀ ਐਕਟਿੰਗ ਕਰਦੀ ਹੈ, ਅਤੇ ਤੁਸੀਂ ਇੱਦਾਂ ਹੀ ਸਾਨੂੰ ਬਹੁਤ ਸਾਰਾ ਪਿਆਰ ਦਿੰਦੇ ਰਹੋ। ਅਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਵੀ ਜਿਹੜੀ ਸਾਡੀ ਸੀਰੀਜ਼ ਚੱਲ ਰਹੀ ਹੈ, ਅੱਗੇ ਆਪਾਂ ਇਹਦੇ ਕਿੰਨੇ ਐਪੀਸੋਡ ਲੈ ਕੇ ਆਈਏ, ਤੁਸੀਂ ਕਿੰਨੇ ਦੇਖਣਾ ਪਸੰਦ ਕਰੋਗੇ, ਫਿਰ ਆਪਾਂ ਉਸ ਹਿਸਾਬ ਨਾਲ ਅੱਗੇ ਨੂੰ ਕੰਟੀਨਿਊ ਰੱਖਾਂਗੇ। ਅਤੇ ਹੁਣ ਅੱਗੇ ਕੀ ਹੋਊਗਾ ਤੁਸੀਂ ਥੋੜ੍ਹਾ ਐਸਟੀਮੇਟ ਲਾ ਕੇ ਵੀ ਸਾਨੂੰ ਦੱਸ ਦਿਓ, ਅਸੀਂ ਵੀ ਫਿਰ ਉਸ ਹਿਸਾਬ ਨਾਲ ਹੈ ਨਾ ਸੀਰੀਜ਼ ਨੂੰ ਉਹ ਸਾਈਡ ਲੈ ਜਾਵਾਂਗੇ ਕਿ ਤੁਸੀਂ ਕੀ ਚਾਹੁੰਦੇ ਹੋ ਵੀ ਅੱਗੇ ਕੀ ਹੋਵੇ। ਅਤੇ ਇਹਦੇ ਨਾਲ ਨਾਲ ਸਾਡੀ ਇੱਕ ਨਵੀਂ ਸੀਰੀਜ਼ ਵੀ ਆਪਾਂ ਜਲਦੀ ਪੋਸਟਰ ਅਪਲੋਡ ਕਰਾਂਗੇ, ਅਤੇ ਉਹਦੇ ਲਈ ਵੀ ਤੁਸੀਂ ਤਿਆਰ ਬਰ ਤਿਆਰ ਰਹੋ ਹੈ ਨਾ, ਇੰਨਾ ਹੀ ਪਿਆਰ ਉਹਨੂੰ ਦਿਓ। ਅਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ, ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਲਾਈਕ ਸ਼ੇਅਰ ਕਰਨਾ ਕਦੇ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਜੀ।